ਗੱਲ ਕੀਤੀ ਕਿ ਲੁਧਿਆਣਾ ਦੇ ਬਸਤੀ ਯੋਧੇਵਾਲ ਦੀ, ਯੋਧੇਵਾਲ ਬਸਤੀ ਦੇ ਕੋਲ ਓਵਰ ਲੋਡਿਡ ਜਿਹੇ ਟਰੱਕ ਚੱਲਦੇ ਨੇ, ਲੇਕਿਨ ਉਹਦਾ ਇੱਕ ਖਮਿਆਜ਼ਾ ਜਿਹੜਾ ਭੁਗਤਣਾ ਪੈ ਗਿਆ ਕਿ ਅਤੇ ਅੱਗੇ ਜਾਣਾ ਵੀ ਖਤਰੇ ਵਾਲਾ। ਇੱਧਰੋਂ ਨਾ ਲੰਘੋ ਬਾਊ ਜੀ, ਉਹ ਬਾਊ ਜੀ ਇੱਧਰੋਂ ਨਾ ਲੰਘੋ, ਪਲਟ ਕੇ ਕੀ ਕਰੋਗੇ। ਲੇਕਿਨ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ, ਲੋਕਾਂ ਨੂੰ ਸਿਰਫ ਜਾਨ ਦੀ ਪਰਵਾਹ ਹੈਗੀ ਹੈ। ਜਾਓ, ਰਸਤਾ ਸਾਨੂੰ ਖਾਲੀ ਮਿਲਦਾ ਪਿਆ, ਇੱਥੇ ਰਸ਼ ਨਹੀਂ ਹੈਗਾ, ਨਿਕਲ ਜਾਈਏ। ਓ ਮੀਆਂ ਜੀ ਰੁਕੋ, ਜਾਨ ਕੀ ਪਰਵਾਹ ਹੈ? ਹੈ ਨਹੀਂ ਜਾਨ ਕੀ ਕੋਈ ਵੈਲਿਊ ਹੈ? ਬੱਚਾ ਬਿਠਾਇਆ ਹੈ, ਇਹ ਪਲਟਨੇ ਕੀ ਕਗਾਰ ਪਰ ਹੈ, ਤੁਮ ਇੱਧਰ ਜਾ ਰਹੇ ਹੋ, ਤੁਹਾਡੇ ਉੱਪਰ ਗਿਰ ਜਾਏ ਫਿਰ। ਚਲੋ ਕੋਈ, ਯਹਾਂ ਪੇ ਹੱਲਾ ਕਰਤੇ ਕਰਤੇ ਹਜ਼ਾਰੋਂ ਲੋਕ ਆ ਜਾਏਂਗੇ। ਚਲੋ ਕੋਈ ਬਾਤ ਨਹੀਂ ਜੀ, ਲਓ ਜੀ ਕੋਈ ਬਾਤ ਨਹੀਂ। ਹਾਲਾਤ ਤਾਂ ਮਾੜੇ ਹੋ ਸਕਦੇ, ਕਿੱਥੇ ਲੱਕੜਾਂ ਲਾਈਆਂ? ਸੇਫਟੀ ਨਹੀਂ ਹੈਗੀ ਵੀਰ, ਮੈਂ ਇਕੱਲਾ ਹੈਗਾ ਸੀਗਾ ਜੀ, ਅਤੇ ਮੈਂ ਬਾਊ ਨੂੰ ਵੀ ਕਿਹਾ ਸੀਗਾ, ਬਾਊ ਜੀ ਬੰਦਾ ਭੇਜ ਦਿਓ। ਬਾਊ ਕਹਿੰਦਾ ਯਾਰ ਮੈਂ ਹੈਗਾ ਦੂਰ ਆ, ਅਤੇ ਜੇ ਮੈਂ ਨੇੜੇ ਹੁੰਦਾ ਤਾਂ ਬੰਦਾ ਭੇਜ ਦੇਣਾ ਸੀਗਾ। ਕੋਈ ਹਾਦਸਾ ਤੇਰੇ ਪਿੱਛੋਂ ਹੋ ਜਾਂਦਾ ਫਿਰ ਕੀ ਕਹਿ ਸਕਦੇ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲਪੁਰ। ਗੱਲ ਕੀਤੀ ਹੋਗੀ ਲੁਧਿਆਣਾ ਦੇ ਬਸਤੀ ਯੋਧੇਵਾਲ ਦੀ, ਯੋਧੇਵਾਲ ਬਸਤੀ ਦੇ ਕੋਲ ਓਵਰ ਲੋਡਿਡ ਜਿਹੇ ਟਰੱਕ ਚੱਲਦੇ ਨੇ, ਲੇਕਿਨ ਉਹਦਾ ਇੱਕ ਖਮਿਆਜ਼ਾ ਜਿਹੜਾ ਭੁਗਤਣਾ ਪੈ ਗਿਆ ਕਿ ਕੁੜੀ ਦਾ ਟਰੱਕ ਹੈ, ਟਾਇਰ ਦੋਨੋਂ ਫਟ ਚੁੱਕੇ ਹੋਏ ਨੇ, ਲੇਕਿਨ ਇੱਥੇ ਕੋਈ ਪੁਲਿਸ ਮੁਲਾਜ਼ਮ ਨਹੀਂ ਸੀਗਾ। ਲੇਕਿਨ ਅਸੀਂ ਜਦੋਂ ਫੋਨ ਕੀਤਾ, ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਆਉਂਦੇ ਨੇ, ਲੇਕਿਨ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਇਸ ਟਰੱਕ ਜਦੋਂ ਕੱਲ੍ਹ ਰਾਤ ਨੂੰ ਜਿਹੜਾ, ਅੱਜ ਰਾਤ ਨੂੰ ਜਿਹੜਾ ਟਰਾਏ ਫਟੇ ਨੇ, ਉਸ ਤੋਂ ਬਾਅਦ ਹਜੇ ਤੱਕ ਇਹਦੀ ਰਾਤੀ ਤਕਰੀਬਨ 3 ਵਜੇ ਸੂਚਨਾ ਆਉਂਦੀ ਹੈ ਕਿ ਟਰੱਕ ਦੇ ਟਾਇਰ ਫਟੇ ਨੇ। ਲੇਕਿਨ ਵੀਰ ਅਫਤਾਰ ਇੰਚਾਰਜ ਸਾਹਿਬ ਕਿੱਥੇ? ਅਫਤਾਰ ਜੀ ਜ਼ੋਨ ਇੰਚਾਰਜ ਸਾਹਿਬ ਆ ਰਹੇ ਆ ਰਹੇ ਨੇ। ਅਸੀਂ ਜਦੋਂ ਸੂਚਨਾ ਕੀਤੀ ਹੈ, ਤਾਂ ਉਸ ਤੋਂ ਬਾਅਦ ਤੁਹਾਨੂੰ ਨੌਲੇਜ ਨਹੀਂ ਸੀਗਾ ਟਰੱਕ ਦੇ ਟਾਇਰ ਫਟੇ ਹੋਏ ਨੇ? ਸਰ ਅਸੀਂ ਤਾਂ ਉੱਧਰ ਜਾਮ ਘੜਾ ਰਹੇ ਸੀ ਆਪਣੇ, ਉੱਥੇ ਵੀ ਬਹੁਤ ਜਾਮ ਲੱਗਾ, ਜਾਮ ਲੱਗਾ ਹੋਇਆ ਸੀ। ਅਸੀਂ ਫੋਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਜਿੱਦਾਂ ਸਰ ਸਾਡੇ ਪਿਛਲੇ ਪਾਸੇ ਪੂਰਾ ਕਲੀਅਰ ਸੀਗਾ, ਇੱਧਰਲੇ ਪਾਸੇ ਜਦ ਟ੍ਰੈਫਿਕ ਜਾਮ ਹੋ ਜਾਂਦੀ ਆ, ਉੱਧਰ ਲਾ ਲਾਈਨ ਹੀ ਰੁਕ ਜਾਂਦੀ ਆ, ਜਾਂ ਲਾਈਨ ਰੁਕ ਜਾਂਦੀ ਆ, ਕਈ ਵਾਰ ਅੱਗੇ ਤੋਂ ਰੁਕ ਜਾਂਦੀ ਆ, ਫਿਰ ਅਸੀਂ ਉੱਥੇ ਆਈਦਾ, ਫਿਰ ਟ੍ਰੈਫਿਕ ਘੜਾਈਦਾ। ਹਾਂਜੀ ਹਾਂਜੀ, ਇੱਥੇ ਜਾਮ ਲੱਗ ਸਕਦਾ ਵੈ, ਦੁਪਹਿਰ ਦਾ ਸਮਾਂ ਹੋਊਗਾ, ਰਾਤ ਦਾ ਸਮਾਂ ਹੋਊਗਾ, ਟਰੱਕ ਪਲਟਿਆ ਹੋਇਆ, ਮਤਲਬ ਪਲਟਿਆ ਨੇ, ਪਲਟਣ ਵਾਲੇ ਹਾਲਾਤ ਨਾਲ ਜੈਕ ਲੱਗੇ ਹੋਏ ਨੇ। ਹਾਂਜੀ, ਅਗਰ ਜੈਕ ਕਿਤੇ ਮਿਸਪਲੇਸ ਹੋ ਗਏ, ਡਰਾਈਵਰ ਤਾਂ ਹੈ ਨਹੀਂਗਾ, ਅਗਰ ਮਿਸਪਲੇਸ ਹੋ ਗਿਆ ਜੈਕ, ਕੀ ਹਾਦਸਾ ਹੀ ਵਾਪਰੇਗਾ? ਇਨਫੋਰਮੇਸ਼ਨ ਸਾਨੂੰ ਹੈ ਹੀ ਨਹੀਂ ਸੀਗੀ, ਹੁਣੇ ਆਈ ਆ, ਜਦੋਂ ਆਪਣੀ ਪੀਸੀਆਰ ਵੀ ਇੱਥੋਂ ਲੰਘਦੀ 19 ਮਿੰਟ। ਅਸੀਂ ਐਕਚੁਅਲੀ ਇਨਫੋਰਮੇਸ਼ਨ ਤੇ ਰਾਜੂ ਰੋਡ ਤੋਂ, ਅਸੀਂ ਇਨਫੋਰਮੇਸ਼ਨ ਇਸ ਕਰਕੇ ਦਿੱਤੀ ਹੈ ਕਿਉਂਕਿ ਸਾਨੂੰ ਆ ਲੱਗਦਾ ਕਿਤੇ ਕੋਈ ਵੱਡਾ ਹਾਦਸਾ ਨਾ ਵਾਪਰ ਜੇ, ਰੋਡ ਦਾ ਜਾਮ ਨਾ, ਇਸ ਕਰਕੇ ਇਨਫੋਰਮੇਸ਼ਨ ਦਿੱਤੀ। ਕੋਈ ਨਹੀਂ, ਚਲੋ ਤੁਸੀਂ ਆਏ ਹੋ, ਲੇਕਿਨ ਇਹਨੂੰ ਕਿੱਧਰ ਰਿਮੂਵ ਕਰਾਇਆ ਜਾਊਗਾ, ਟਾਇਰ ਤਾਂ ਫਟੇ ਹੋਏ ਨੇ? ਇਹ ਸਰ ਜੋਨੀ ਚਾਹ ਸਾਹਿਬ ਦੀ ਨੌਲੇਜ ਵਿੱਚ ਲਿਆਤਾ ਹੈ ਜੀ, ਉਹ ਆ ਰਹੇ ਆ, ਹਾਈਡਰਾ ਲੈ ਕੇ ਆਣਗੇ, ਕਰੇਨ ਆਪਣੀ ਜਿਸ ਹਿਸਾਬ ਨਾਲ ਇਹਨੂੰ ਮੈਨੇਜ ਕਰਕੇ ਆਪਾਂ ਪਹਿਲਾਂ ਸਾਈਡ ਤੇ ਲਵਾਵਾਂਗੇ, ਬਾਕੀ ਦੇਖਦੇ ਸਰ ਇਹਦਾ ਕਿੱਦਾਂ ਕਰਨਾ ਜੋਨੀ ਚਾਹ ਸਾਹਿਬ, ਬਾਕੀ ਸਾਰਾ ਕੁਝ। ਚਲੋ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਵੀਰ ਤਾਂ ਮੌਕੇ ਤੇ ਆ ਗਿਆ, ਭੁਪਿੰਦਰ ਵੀਰ ਤਾਂ ਮੌਕੇ ਤੇ ਆ ਗਿਆ, ਲੇਕਿਨ ਜੋਨੀ ਚਾਹ ਸਾਹਿਬ ਨੂੰ ਜਦੋਂ ਅਸੀਂ ਫੋਨ ਕੀਤਾ, ਅਸੀਂ ਇਸ ਕਰਕੇ ਕਿਹਾ ਕਿ ਰੋਡ ਜਿਹੜੀ ਹੈ ਜਾਮ 'ਚ ਫਸੀ, ਰੋਡ ਦੇ ਉੱਤੇ ਜਾਮ ਲੱਗ ਸਕਦਾ, ਕਿਉਂਕਿ ਇਹ ਰੋਡ ਉਹ ਹੈ ਕਿ ਜਿੱਥੇ ਰੋਡ ਦੇ ਉੱਤੇ ਕਾਫੀ ਵੱਡੇ ਜਾਮ ਲੱਗਦੇ ਨੇ, ਲੇਕਿਨ ਹੁਣ ਟ੍ਰੈਫਿਕ ਜਿਹੜੀ ਹੈ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਿਉਂਕਿ ਦੋਨਾਂ ਤਰਫ ਤੋਂ ਟ੍ਰੈਫਿਕ ਆਉਂਦੀ ਆ, ਇੱਧਰੋਂ ਵੀ ਟ੍ਰੈਫਿਕ ਆਉਂਦੀ ਅਤੇ ਇੱਧਰੋਂ ਵੀ ਜਾਂਦੀ, ਇੱਕ ਪਾਸੇ ਜਿਹੜਾ ਪੂਰਾ ਜਿਹੜਾ ਵੱਡਾ ਟਰੱਕ ਜਿਹੜਾ ਪਲਟੇ, ਪਲਟਣ ਦੇ ਹਾਲਾਤ ਦੇ ਤੁਹਾਨੂੰ ਇੱਕ ਤਸਵੀਰ ਦਿਖਾਵਾਂ। ਤੁਹਾਨੂੰ ਇੱਕ ਤਸਵੀਰ ਦਿਖਾਉਂਦਾ ਇਸ ਤੂੜੀ ਵਾਲੇ ਟਰੱਕ ਦੇ ਹਾਲਾਤ ਦਿਖਾਉਂਦਾ, ਠੀਕ ਹੋ ਵੀਰ? ਵਧੀਆ ਜੀ, ਆਹ ਦੇਖ ਸਕਦੇ ਹੋ ਕਿੱਦਾਂ ਇਹ ਪੂਰਾ ਭਰਿਆ ਹੋਇਆ, ਅਤੇ ਉਸ ਤੋਂ ਬਾਅਦ ਅਰੇ ਅੱਗੇ ਜਾਣਾ ਵੀ ਖਤਰੇ ਵਾਲਾ, ਇੱਧਰੋਂ ਨਾ ਲੰਘੋ ਬਾਊ ਜੀ, ਉਹ ਬਾਊ ਜੀ ਇੱਧਰੋਂ ਨਾ ਲੰਘੋ, ਪਲਟ ਕੇ ਕੀ ਕਰੋਗੇ? ਇਹਦੇ ਹਾਲਾਤ ਦੇਖੋ, ਟਾਇਰ ਫਟੇ ਹੋਏ ਨੇ, ਆ ਦੇਖੋ ਇੱਕ ਹੋਰ, ਖੜ 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 ਖੜ, ਆ ਉੱਤੇ ਡਿੱਗ ਲੈਂਦੇ ਤੇਰੇ, ਡਿੱਗ ਜੇ ਤੇਰੇ ਉੱਤੇ, ਡਿੱਗ ਜੇ, ਆ ਤੁਸੀਂ ਬ੍ਰੇਕ ਲਓ, ਨਹੀਂ ਜਾਮ ਲੱਗਾ, ਪਲਟ ਜੇ ਫਿਰ, ਇਹਨਾਂ ਨੂੰ ਅਕਲ ਹੀ ਨਹੀਂ ਹੈਗੀ ਨਾ, ਸਮਝਾ ਰਿਹਾ ਨਹੀਂ ਬਾਈ, ਮੈਨੂੰ ਗੱਲ ਦੱਸੋ, ਪਲਟੀ ਪਲਟੀ ਸਕਦਾ ਲੋਕ ਜਿਹੜੇ ਹਨ ਸੇਫ? ਭਾਜੀ ਪਲਟ ਜਾਣੀ ਇਹ,
ਪਲਟ ਜਾਣਾ ਕਿ ਉਹ ਜ਼ਿੰਦਗੀ ਦਾ ਖੇਡਦੇ ਹੋ ਦੱਸੋ ਸਮਾਈਲ ਤਾਂ ਸਮਾਈਲ ਸਮੂਲ ਦੇ ਕੇ ਏਦਾਂ ਲੱਗਦਾ ਜਿੱਦਾਂ ਹਾਦਸਾ ਹੋ ਗਿਆ ਫਿਰ ਮਾਪੇ ਹਲੋ ਜੀ ਸਮਝਾਇਆ ਨੀ ਜਾ ਸਕਦਾ ਉਹ ਮੀਆਂ ਜੀ ਰੁਕੋ ਜਾਨ ਕੀ ਪਰਵਾਹ ਹੈ ਨਹੀਂ ਜਾਨ ਕੀ ਕੋਈ ਵੈਲਿਊ ਹੈ ਬੱਚਾ ਬਿਠਾਇਆ ਯੇ ਪਲਟਨੇ ਕੀ ਕਗਾਰ ਪਰ ਹੈ ਤੁਮ ਇਧਰ ਜਾ ਰਹੇ ਹੋ ਤੁਮਾਰੇ ਉੱਪਰ ਗਿਰ ਜਾਏ ਫਿਰ ਯਹਾਂ ਪੇ ਹੱਲਾ ਕਰਤੇ ਕਰਤੇ ਹਜ਼ਾਰੋਂ ਲੋਕ ਆ ਜਾਏਂਗੇ ਚਲੋ ਕੋਈ ਬਾਤ ਨਹੀਂ ਲੋ ਜੀ ਕੋਈ ਬਾਤ ਨਹੀਂ ਬੜੇ ਅਸੀਂ ਦੂਰ ਆਪਣਾ ਆਪ ਖੁਦ ਦੂਰ ਖੜਾਂਗੇ ਕਿਉਂਕਿ ਇਹ ਕਦੀ ਪਲ ਸਕਦਾ ਕਿਉਂਕਿ ਟਰੱਕ ਟਰੱਕ ਦੀ ਆਵਾਜ਼ਾਂ ਜਿਹੜੀ ਇੱਥੇ ਆ ਰਹੀਆਂ ਨੇ ਇਹ ਤਸਵੀਰ ਦਿਖਾਉਣੀ ਲਾਜ਼ਮੀ ਹੈ ਕਿ ਜੈਕ ਅਤੇ ਐਕਸਲ ਐਕਸਲ ਦੇ ਨਟ ਟੁੱਟੇ ਨਹੀਂ ਗਏ ਅਤੇ ਇਹ ਪਲਟਿਆ ਨਹੀਂ ਇਹ ਪਲਟੇਗਾ ਵੀ ਬੜੀ ਦੱਬ ਕੇ ਪਲਟੇਗਾ ਜਦੋਂ ਪਲਟਿਆ ਤਾਂ ਇਸ ਰੋਡ ਦੇ ਉੱਤੇ ਜ਼ੋਰਦਾਰ ਧਮਾਕਾ ਹੋਊਗਾ ਧਮਾਕੇ ਵਰਗਾ ਹੀ ਪਲਟੇਗਾ ਭਾਈ ਜੀ ਸੇਫਟੀ ਥੋੜ੍ਹੀ ਆ ਕੋਈ ਵੀ ਜਦੋਂ ਪਲਟਣਾ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਜਿਹੜਾ ਇੱਧਰ 'ਚ ਲੰਘੂਗਾ ਜੀ ਉਹਦਾ ਨੀਚੇ ਲੱਗਣਾ ਗਿਆ ਉਹ ਤਾਂ ਬਚਾਅ ਨਹੀਂ ਹੈਗਾ ਉਹਦਾ ਕੋਈ ਵੀ ਲੇਕਿਨ ਆਪਾਂ ਪੁਲਿਸ ਵਾਲਿਆਂ ਟ੍ਰੈਫਿਕ ਵਾਲਿਆਂ ਨੂੰ ਕਹਿ ਕੇ ਇੱਥੇ ਕੁਛ ਲਗਵਾ ਦੀ ਅੱਗੇ ਕਿ ਇੱਧਰੋਂ ਕ੍ਰੋਸ ਨਾ ਕੀਤਾ ਜਾਵੇ ਬੰਦ ਚਾਹੀਦਾ ਦੋਨੋਂ ਪਾਸੇ ਸਾਈਡਾਂ ਬੰਦ ਚਾਹੀਦੀਆਂ ਵੀਰ ਬਿਲਕੁਲ ਸਹੀ ਗੱਲ ਆ ਇੱਥੇ ਤਾਂ ਕੋਈ ਹਾਲਾਤ ਹੀ ਨਹੀਂ ਇਹ ਲੁਧਿਆਣਾ ਸ਼ਹਿਰ ਹੈਗਾ ਲੁਧਿਆਣਾ ਸ਼ਹਿਰ ਨੂੰ ਕੋਈ ਇਹਨੂੰ ਵਾਰ ਮਿਲਿਆ ਲੁਧਿਆਣਾ ਸ਼ਹਿਰ ਨੂੰ ਦੋ ਤਿੰਨ ਜਦੋਂ ਹੁੰਦਾ ਆਸਤਾ ਫੇਰ ਹੀ ਹੁੰਦਾ ਭੁਪਿੰਦਰ ਭਾਅ ਜੀ ਇੱਕ ਮਿੰਟ ਆਈਓ ਭੁਪਿੰਦਰ ਭਾਅ ਜੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਆਵਾਮ ਕਰਕੇ ਲੋਕ ਜਿਹੜੇ ਇੱਧਰੋਂ ਲੰਘਦੇ ਆ ਨਾ ਇਹਨੇ ਪਲਟਣਾ ਪਲਟਣਾ ਹੈਗਾ ਠੀਕ ਹੈ ਜੀ ਅਤੇ ਉੱਥੇ ਕੋਈ ਰੱਸੀ ਰੁੱਸੀ ਲਾ ਦਿਓ ਲੋਕ ਇੱਧਰੋਂ ਨਾ ਆਉਣ ਕੱਲ੍ਹ ਨੂੰ ਜਾਣ ਚਲੀ ਗਈ ਕਿਸੇ ਦੀ ਫਿਰ ਲੋਕਾਂ ਨੇ ਆਪ ਹੀ ਹੱਲਾ ਹੱਲਾ ਕਰਕੇ ਰੋਡਾਂ ਜਾਮ ਕਰਨੀਆਂ ਨੇ ਕੋਈ ਨਹੀਂ ਭਾਅ ਜੀ ਕੋਈ ਨਹੀਂ ਆਹ ਜਿੱਦਾਂ ਆਵਾਜ਼ ਆ ਰਹੀ ਹੈ ਨਾ ਕੜਕ ਕੜਕ ਦੀ ਇਹਨੇ ਡਿੱਗਣਾ ਓਕੇ ਕੋਈ ਗੱਲ ਨਹੀਂ ਲਾਉਂਦਾ ਜੀ ਅਤੇ ਜੋਨੀ ਚਾਹ ਸਾਹਿਬ ਜੋਨੀ ਸਾਹਿਬ ਆ ਰਹੇ ਜੀ ਚਲੋ ਲੇਕਿਨ ਤੁਸੀਂ ਤਾਂ ਕਾਬਲੀ ਤਾਰੀਫ਼ ਕੰਮ ਕਰ ਰਹੇ ਹੋ ਯਾਰ ਮੁਬਾਰਕ ਹੈ ਯਾਰ ਲੇਕਿਨ ਇੱਧਰ ਕੋਈ ਰਸਤੀ ਲਾ ਦਿਓ ਵੀਰ ਬਣ ਕੇ ਕੁਛ ਨਾ ਕੁਛ ਲਾ ਦਿਓ ਉਹ ਕੋਈ ਵੀ ਗੱਡੀ ਅੱਗੇ ਕਰ ਦਿਓ ਲੇਕਿਨ ਇਹ ਤਸਵੀਰ ਦਿਖਾ ਰਹੇ ਹਾਂ ਕਿ ਵੱਡਾ ਹਾਦਸਾ ਇੰਤਜ਼ਾਰ ਕਰ ਰਿਹਾ ਵੈ ਕੋਈ ਵੱਡਾ ਹਾਦਸਾ ਹੋਊਗਾ ਹੋਊਗਾ ਕਿਉਂਕਿ ਇਹ ਟਰੱਕ ਜਿਹੜਾ ਪਲਟੀ ਮਾਰੇਗਾ ਮਾਰੇਗਾ ਅਸੀਂ ਰਸਤਾ ਤਾਂ ਬੰਦ ਕਰਵਾ ਰਹੇ ਹਾਂ ਰਸਤਾ ਇਸ ਕਰਕੇ ਬੰਦ ਕਰਵਾ ਰਹੇ ਹਾਂ ਜਿਹੜੇ ਲੋਕ ਜਿਹੜੇ ਅਨਸੇਫ ਇੱਧਰੋਂ ਦੀ ਚੱਲ ਕੇ ਆਉਂਦੇ ਨੇ ਇੱਧਰੋਂ ਦੀ ਚੱਲ ਕੇ ਜਿਹੜੇ ਰੋਗ ਇੱਥੋਂ ਆਉਂਦੇ ਨੇ ਇਹ ਜਦੋਂ ਪਲਟੀ ਮਾਰੂਗਾ ਅਤੇ ਪਲਟੀ ਮਾਰਨ ਤੋਂ ਬਾਅਦ ਕਿੰਨਾ ਵੱਡਾ ਹਾਦਸਾ ਇੱਥੇ ਹੋ ਸਕਦਾ ਵੈ ਲੇਕਿਨ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਲੋਕਾਂ ਨੂੰ ਸਿਰਫ ਜਾਨ ਦੀ ਪਰਵਾਹ ਹੈਗੀ ਹੈ ਜਾਓ ਰਸਤਾ ਸਾਨੂੰ ਖਾਲੀ ਮਿਲਦਾ ਪਿਆ ਇੱਥੇ ਰਸ਼ ਨਹੀਂ ਹੈਗਾ ਨਿਕਲ ਜਾਈਏ ਲੇਕਿਨ ਇਹਦੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਵੈ ਕਿ ਆਖਿਰ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਲੋਕਾਂ ਨੂੰ ਆਪਣੀ ਸੇਫਟੀ ਆਪ ਵੀ ਰੱਖਣੀ ਚਾਹੀਦੀ ਹੈ ਕਿਉਂਕਿ ਘਰੇ ਕੋਈ ਤੁਹਾਡਾ ਇੰਤਜ਼ਾਰ ਕਰ ਰਿਹਾ ਵੈ ਇਹਦਾ ਪਲਟੀ ਮਾਰ ਤੋਂ ਬਾਅਦ ਡਰਾਈਵਰ ਦਾ ਤਾਂ ਹੈ ਨਹੀਂ ਜਦੋਂ ਉਹਦੀ ਕਮਾਣੀ ਟੁੱਟੀਆਂ ਨਹੀਂ ਗਈਆਂ ਨੱਟ ਟੁੱਟੇ ਨਹੀਂ ਗਏ ਤਾਂ ਕਿੰਨਾ ਦੱਬ ਕੇ ਪਲਟੀ ਮਾਰ ਸਕਦਾ ਲੇਕਿਨ ਦੱਸ ਦਈਏ ਕਿ ਇਹ ਸਾਡੇ ਕਹਿਣ ਤੋਂ ਬਾਅਦ ਰੱਸੀ ਅਵਤਾਰ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵਿਸ਼ਾਲ ਗੱਲ ਕਰ ਰਹੇ ਭਾਅ ਜੀ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਵਿਸ਼ਾਲ ਜੀ ਤੁਸੀਂ ਆਰਾਮ ਬੜੀ ਜਿਹੜੀ ਕਵਰ ਕਰਦੇ ਆ ਗਿਆ ਉਹ ਜਲਦੀ ਉੱਠ ਗਿਆ ਜੀ ਅੱਜ ਤਾਂ ਕਵਰ ਕਰ ਲਿਆ ਭਾਜੀ ਇਹ ਟਰੱਕ ਜਿਹੜਾ ਪਲਟਣ ਦੇ ਹਾਲਾਤ 'ਚ ਤੇ ਜੈਕ ਜੁੱਕ ਲੱਗੇ ਹੋਏ ਨੇ ਇਹਨੂੰ ਰਿਮੂਵ ਰਿਮਾ ਕਰੇ ਸਾਈਡ ਤੇ ਕਰਾ ਦੋ ਉਤਾਰ ਜੀ ਆਵੇ ਮੁੰਡੇ ਮੇਰੇ ਆ ਗਏ ਮੈਂ ਵੀ ਆ ਗਿਆ ਤੇਰੇ ਕੋਲ ਸਾਹਮਣੇ ਦੂਜੇ ਪਾਸੇ ਮੈਂ ਟਰੈਫਿਕ ਹੀ ਖੜਾ ਆ ਗਿਆ ਦੋ ਤਿੰਨ ਵਾਰ ਚਲੋ ਠੀਕ ਹੈ ਉਤਾਰ ਜੀ ਖੜੋ ਆ ਗਿਆ ਮੈਂ ਤੁਹਾਨੂੰ ਠੀਕ ਹੈ ਜੀ ਲੇਕਿਨ ਟਰੈਫਿਕ ਇੰਚਾਰਜ ਜਿਹੜੇ ਉਤਾਰ ਉਹ ਆ ਰਹੇ ਨੇ ਲੇਕਿਨ ਸਾਡੇ ਕਹਿਣ ਤੋਂ ਬਾਅਦ ਜਿਹੜੇ ਨੇ ਉੱਥੇ ਟਾਇਰ ਬੰਨਿਆ ਗਿਆ ਰਿਹਾ ਤੇ ਇੱਕ ਸੰਗਲ ਬੰਨੀ ਜਾ ਰਹੀ ਹੈ ਕਿਉਂਕਿ ਇਹ ਕਦੀ ਵੀ ਜਿਹੜਾ ਟਰੱਕ ਪਲ ਸਕਦਾ ਮੈਂ ਸੇਵਾ ਜੀ ਨੂੰ ਕਹੂੰਗਾ ਦਿਖਾਣਗੇ ਕਿ ਜਿਹੜਾ ਉੱਥੇ ਟਾਇਰ ਬਣੇ ਜਾ ਰਹੇ ਨੇ ਕਿਉਂਕਿ ਹਾਦਸਾ ਵੱਡਾ ਹੋ ਸਕਦਾ ਸੀਗਾ ਅਗਰ ਕੋਈ ਨੀਚੋ ਦੇ ਲੰਘਦਾ ਹੁੰਦਾ ਤਾਂ ਵੱਡਾ ਹਾਦਸੇ ਨੂੰ ਦਾਵਤ ਦੇ ਸਕਦਾ ਸੀਗਾ ਇਹ ਹਾਲਾਤ ਇਸ ਕਰਕੇ ਦਿਖਾਉਣੇ ਲਾਜ਼ਮੀ ਸੀਗੇ ਕਿ
ਡਰਾਈਵਰ ਕਿੱਥੇ ਆ, ਲੇਕਿਨ ਨਹੀਂ ਪਤਾ ਡਰਾਈਵਰ ਦੀ ਇੰਨੀ ਸਮਝਦਾਰੀ ਨਹੀਂ ਹੈਗੀ ਕਿ ਤੂੰ ਉੱਥੇ ਬੈਠ, ਤੂੰ ਉਹਦਾ ਦੇ ਕੇ ਦੇਖ ਲੋਕਾਂ ਨੂੰ, ਤੂੰ ਰੋਕ, ਲੇਕਿਨ ਡਰਾਈਵਰ ਕਿੱਥੇ ਇਹ ਨਹੀਂ ਪਤਾ। ਲੇਕਿਨ ਜਦੋਂ ਇੰਚਾਰਜ ਆਣਗੇ ਉਹਦੇ ਨਾਲ ਗੱਲ ਕਰਾਂਗੇ। ਲੇਕਿਨ ਜਾਮ ਉੱਥੇ ਦੇਖ ਸਕਦੇ ਹੋ ਇਸ ਸਮੇਂ ਕਿੰਨਾ ਕੁ ਜਾਮ ਲੱਗ ਚੁੱਕਾ ਹੋਇਆ, ਪਿਛਲਾ ਕੁ ਜਾਮ ਲੱਗ ਗਿਆ ਲੇਕਿਨ ਘਟਾਇਆ ਜਾ ਰਿਹਾ ਵਾ ਦੋਨੋਂ ਪਾਸੋਂ, ਜਿਹੜਾ ਇੱਕ ਟਰੱਕ ਕਰਕੇ ਜਿਹੜਾ ਵੱਡਾ ਜਾਮ ਲੱਗਿਆ। ਜਿੱਦਾਂ ਹੀ ਜੋਨ ਇੰਚਾਰਜ ਆਉਣਗੇ ਤਾਂ ਅਸੀਂ ਗੱਲਬਾਤ ਵੀ ਕਰਦੇ ਜੋਨ ਇੰਚਾਰਜ ਦੇ ਨਾਲ। ਉਹ ਟਰੱਕ ਜਿਹੜਾ ਚਲਾ ਰਿਹਾ ਸੀਗਾ, ਤੂੜੀ ਵਾਲਾ ਟਰੱਕ ਚਲਾ ਰਿਹਾ ਸੀ, ਇੱਧਰ ਆ ਜਾ ਮੇਰਾ ਵੀਰ, ਡਿੱਗ ਨਾ ਜਾਵੇ ਯਾਰ, ਕੀ ਪਤਾ ਲੱਗਦਾ ਮਾੜੇ ਟਾਈਮ ਦਾ। ਕੀ ਹੋਇਆ ਕੀ ਸੀਗਾ? ਇਹਦਾ ਨਾ ਟਾਇਰ ਪਾਟ ਗਿਆ ਜੀ। ਤੁਰੀ ਆਉਂਦੀ ਸੀ ਹੌਲੀ ਹੌਲੀ ਗੱਡੀ ਦੋ ਨੰਬਰ 'ਚ, ਇੱਥੇ ਇੱਥੇ ਆ ਕੇ ਟਾਇਰ ਪਾ ਗਿਆ ਜੀ। ਦੋਨੋਂ ਹੀ ਬਲਾਸ਼ ਕੀਤਾ ਕਿ ਟਾਇਰ ਫਟਿਆ? ਇਹ ਕੀ ਫਟਿਆ ਜੀ, ਦੂਜੇ ਦਾ ਸਮਝ ਹੀ ਨਹੀਂ ਆਈ ਕਿਵੇਂ ਪਾ, ਕੀ ਚੱਕਰ ਬਣਿਆ ਜੀ, ਦੂਜਾ ਪਤਾ ਨਹੀਂ ਲੱਗਾ। ਹਾਂਜੀ, ਉਹ ਬਹਿ ਗਿਆ। ਇਹਦੇ 'ਚ ਕਿੰਨਾ ਵੇਟ ਹੋਣਾ ਵੈਸੇ ਵੀਰ? ਵੇਟ 'ਚ ਹੋਣਾ ਜੀ ਬਸ 15 ਕੁ ਟਨ ਹੋਣਾ ਜੀ। 15 ਟਨ ਹੋਣਾ? ਹਾਂਜੀ। ਲੇਕਿਨ ਇਹ ਪਲਟ ਸਕਦਾ ਵਾ, ਜਿੱਦਾਂ ਤੁਸੀਂ ਇਹ ਜੈਕ ਲਾਇਆ ਉਹ ਜੈਕਟ ਕੜਕ ਕੜਕ ਦੀ ਵਾਜਗਾ, ਜਦੋਂ ਤੁਸੀਂ ਨੈਟ ਟੁੱਟਿਆ ਨਹੀਂ ਕਿਤੇ ਪਲਟ ਜਾਏਗਾ? ਨਹੀਂ, ਹੁਣ ਇਹਨੂੰ ਦੂਜਾ ਕਰਦੇ ਆ ਨਾ, ਦੋਨੇ ਪਾਸੇ ਪਾ ਲੈਂਦੇ ਅੱਗੇ ਚੈਸੀ ਨੂੰ ਤੇ ਮਗਰ। ਲੇਕਿਨ ਜਦੋਂ ਤੁਸੀਂ ਚਲੇ ਗਏ ਹੋ ਵੀਰ, ਅਸੀਂ ਇੱਥੇ ਮੌਕੇ ਤੇ ਖੜੇ ਲੋਕਾਂ ਨੂੰ ਮਨਾ ਕਰ ਰਹੇ ਇੱਧਰੋਂ ਨਾ ਆਓ ਨਾ ਆਓ, ਤੇ ਇੱਕ ਬੰਦਾ ਛੱਡ ਜਾਂਦੇ ਕਿ ਅਗਰ ਟੁੱਟ ਜਾਂਦਾ, ਚਲੋ ਤੁਸੀਂ ਮਾਲਕਾਂ ਨੂੰ ਕਹਿ ਦਿੰਦੇ ਉਹ ਬੰਦਾ ਛੱਡ ਦਿੰਦੇ, ਅਗਰ ਇਹ ਟੁੱਟ ਜਾਂਦਾ ਡਿੱਗ ਜਾਂਦਾ ਫੇਰ? ਹੁਣ ਮੈਂ ਇਕੱਲਾ ਹੈਗਾ ਸੀਗਾ ਜੀ, ਤੇ ਮੈਂ ਬਾਊ ਨੂੰ ਵੀ ਕਿਹਾ ਸੀਗਾ ਬਾਊ ਜੀ ਬੰਦਾ ਭੇਜ ਦਿਓ। ਬਾਊ ਕਹਿੰਦਾ ਯਾਰ ਮੈਂ ਹੈਗਾ ਦੂਰ ਆ, ਤੇ ਜੇ ਮੈਂ ਨੇੜੇ ਹੁੰਦਾ ਤੇ ਬੰਦਾ ਭੇਜ ਦੇਣਾ ਸੀਗਾ। ਮਤਲਬ ਕੋਈ ਹਾਦਸਾ ਤੇਰੇ ਪਿੱਛੇ ਹੋ ਜਾਂਦਾ ਫੇਰ? ਹੁਣ ਕੀ ਕਹਿ ਸਕਦੇ ਆ, ਨਹੀਂ ਆਪ ਬਿਆਨ ਤੋਂ ਪਲਟ ਗਿਆ ਯਾਰ, ਆਪ ਤੂੰ ਕੀ ਕਿਹਾ ਹੁਣੇ ਹਵਾ ਲੱਗਦੀ? ਇਹਨੇ ਪਲਟ ਜਾਣਾ ਸੀਗਾ ਸਰ ਭਾਜੀ, ਇਹ ਰਾਤ ਦਾ ਮਾਮਲਾ ਹੈਗਾ ਵਾ, ਰਾਤ ਦਾ ਮਾਮਲਾ, ਇਹ ਰਾਤ 2:30 ਵਜੇ ਦੀ ਗੱਲ, 2:30 ਵਜੇ ਦੀ। ਤੇ ਸਵੇਰ ਦਾ ਚੁੱਕਿਆ ਕੌਣ ਇਹਨੂੰ? ਇਹਨੂੰ ਚੁੱਕਿਆ ਕੋਈ ਮਿਸਤਰੀ? ਮਾਲਕ ਨੂੰ ਦੱਸਿਆ ਫਿਰ? ਹਾਂਜੀ, ਮਾਲਕ ਨੂੰ ਦੱਸਿਆ ਜਾ ਕੇ, ਇਹਨੂੰ ਇਨਫੋਰਮੇਸ਼ਨ ਦਿੱਤੀ ਥਾਣੇ ਨੂੰ ਜਾਂ ਸਾਨੂੰ ਦਿੱਤੀ? ਨਹੀਂ, ਥਾਣੇ ਨੂੰ ਨਹੀਂ ਦਿੱਤੀ, ਬਾਊ ਨੂੰ ਫੋਨ ਕੀਤਾ। ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ, ਜੇ ਕੋਈ ਹਾਦਸਾ ਵਾਪਰ ਜੇ ਫਿਰ ਮਾੜੀ ਕਿਸਮਤ ਹੋਵੇ ਪਲਟ ਜਾਂਦਾ, ਨੀਚੇ ਕੋਈ ਲੰਘਦਾ ਹੁੰਦਾ ਫੇਰ? ਨਹੀਂ, ਟਿੱਪਰ ਖੜਾ ਸੀਗਾ ਜੀ ਜਦੋਂ ਮੈਂ ਗਿਆ। ਤੇ ਹੁਣ ਟਿੱਪਰ ਕਿੱਦਾਂ ਲੰਘ ਗਿਆ? ਟਿੱਪਰ ਪਤਾ ਨੀ ਕੌਣ ਲੈ ਗਿਆ ਜੀ, ਟਿੱਪਰ ਖੜਾ ਜੀ, ਕੋਈ ਨੀ ਲੰਘਦਾ ਸੀਗਾ। ਟਿੱਪਰ ਵੀ ਘੁੰਮ ਨੀ ਸਕਦਾ ਨੀ ਜਗਰ, ਤੂੰ ਵੀ ਸਮਝਦਾਰ ਆ। ਜਿਦਾਂ ਕੋਈ ਹੁੰਦਾ ਤੇ ਹਾਈਵੇ ਜਾਂ ਹਾਈਵੇ ਪੈਟਰੋਲੀਅਮ ਨੂੰ ਜਾਂ ਪੀਸੀਆਰ ਨੂੰ ਜਾਂ ਲਾਗੇ ਛਾਗੇ ਦੇ ਥਾਣੇ ਜਾ ਕੇ ਤਲਾਹ ਦੇਣੀ ਚਾਹੀਦੀ ਆ। ਇਹਨਾਂ ਤਲਾਹ ਹੀ ਨਹੀਂ ਦਿੱਤੀ ਕਿਸੇ ਨੇ, ਪੀਸੀਆਰ ਤੇ ਘੁੰਮੀ ਹੋਊਗੀ, ਇੱਥੇ ਦੇਖ ਕੇ ਗਈ ਹੋਊਗੀ, ਕੋਈ ਗੱਲਬਾਤ ਇਹ ਤਾਂ ਨਹੀਂ ਗੱਲ। ਅਸੀਂ ਪੈਟਰੋਲ ਪਾਉਣ ਆਏ ਸੀ, ਦੇਖਿਆ ਤੇ ਤੁਹਾਨੂੰ ਫੋਨ ਕਰਤਾ ਸੀ। ਨਹੀਂ ਨਹੀਂ ਕੋਈ ਗੱਲ ਨਹੀਂ, ਇਹਦਾ ਆ ਜਿਹੜਾ ਮੈਂ ਮੁੰਡੇ ਪਹਿਲਾਂ ਟੀਮ ਭੇਜੀ ਸੀ, ਮੈਂ ਖੜਾ ਸੀ ਆਇਆ ਸੀ ਵੀ, ਹਾਂ ਪਹਿਲਾਂ ਆ ਗਈ ਮੇਰੀ ਟੀਮ, ਪਹਿਲਾਂ ਪਹੁੰਚ ਚੁੱਕੀ ਸਾਰੀ। ਚਲੋ ਉਹਨੂੰ ਰਿਮੂਵ ਕਰਾਇਆ ਜਾਊਗਾ, ਹੋ ਜਾਂਦਾ ਮੇਰੇ ਕੋਲ ਇਨਫੋਰਮੇਸ਼ਨ ਜਿਵੇਂ ਆਈ ਸੀ, ਮੈਂ ਲਾਲ ਦੀ ਰਾਲੀ ਆਪਣੀ ਟੀਮ ਜਿਹੜੀ ਭੇਜ ਚੁੱਕਾ ਸੀ, ਮੇਰੇ ਦੋ ਦੁਕਾਨਦਾਰ ਇੱਕ ਹੌਲਦਾਰ ਪਹੁੰਚ ਚੁੱਕੇ ਸੀ ਉੱਥੇ। ਲੇਕਿਨ ਅਵਤਾਰ ਜੀ ਮੌਜੂਦ ਆ ਇੱਥੇ, ਜੋਨ ਇੰਚਾਰਜ ਨੇ, ਲੇਕਿਨ ਲਗਾਤਾਰ ਰਿਮੂਵ ਕਰਾਇਆ ਜਾ ਰਿਹਾ। ਲੇਕਿਨ ਸਾਨੂੰ ਵੱਡੀ ਕਮੀ ਕਿੱਥੇ ਪਾਏਗੀ ਕਿ ਡਰਾਈਵਰ ਵੱਲੋਂ ਇਤਲਾਹ ਨਹੀਂ ਦਿੱਤੀ ਗਈ, ਅਗਰ ਇਤਲਾਹ ਦੇ ਦਿੰਦਾ ਤਾਂ ਇਹਨੂੰ ਜਲਦ ਰਿਮੂਵ ਕਰਾਇਆ ਜਾ ਸਕਦਾ ਸੀ। ਲੁਧਿਆਣਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲਈ।